ਜ਼ਰਾ ਟੋਟਲ ਬਣਾ ਕੇ ਮੈਨੂੰ ਦੱਸਣਾ। ਉਸਤਾਦ ਜੀ 1,50,000 ਰੁਪਇਆ ਬਣਾਇਆ ਜੀ। ਇਹ ਕੀ 1,50,000 ਨਾਨਕੀ ਛੱਕ ਕੇ ਇੰਨਾ ਬੜਾ ਲਿਖ ਦਿੱਤਾ ਤੁਸੀਂ? ਇਹ ਲਾਈਟ ਦਾ ਕੀ ਨਾਂ ਹੈ ਸਰ? ਇਹ ਜਿਹੜੀ ਲਾਈਟ ਹੈਗੀ ਹੈ ਵਾਈਟ 'ਚ ਹੈਗੀ ਹੈ ਜੀ, 10 ਵਾਟ ਦੀ ਲਾਈਟ ਹੈਗੀ ਹੈ, 460 ਰੁਪਏ ਦੀ ਲਾਈਟ ਹੈ ਜੀ। ਇਹ ਸ਼ਾਦੀਸ਼ੁਦਾ ਹੈ ਕਿ ਕੁਆਰੀ ਹੈ? ਸਰ ਕੋਈ ਪਤਾ ਨਹੀਂ, ਤੁਸੀਂ ਰਿਸ਼ਤਾ ਦੇ ਕੇ ਵੇਖ ਲਓ ਇਹਨੂੰ। ਕੱਲ੍ਹ ਵੀ ਸਾਰਾ ਦਿਨ 'ਚ ਇੱਕ ਗਾਹਕ ਨਹੀਂ ਆਇਆ ਜੀ, ਅਤੇ ਅੱਜ ਛੁੱਟੀ ਕਰ ਲੈਂਦੇ ਜੀ। ਕੱਲ੍ਹ ਵੀ ਗਾਹਕ ਨਹੀਂ ਆਇਆ ਅਤੇ ਅੱਜ ਵੀ ਨਹੀਂ ਆਉਣਾ। ਬਸ ਮੈਂ ਕਿਹਾ ਇਹਨਾਂ ਦੇ ਵੱਡੇ ਆ, ਬਾਕੀ ਮਾਰਕੀਟ ਹੋ ਗਈ ਬੰਦ। ਹਾਂਜੀ ਹਾਂਜੀ, ਮੈਂ ਕਿਹਾ ਇਸਨੇ ਜੋ ਵੱਲ ਮਾਰਕੀਟ ਵੀ ਅਸੀਂ ਨਵਾਂ ਕਸਟਮਰ ਮਿਲੇਗਾ। ਸਮਾਨ ਅਸੀਂ ਉਸਤਾਦ ਜੀ ਸਾਰਾ ਮਜ਼ਦੂਰਾਂ ਵਾਲਾ ਰੱਖਿਆ ਜੀ, ਮਜ਼ਦੂਰਾਂ ਤੋਂ ਬਗੈਰ ਤਾਂ ਸਮਾਨ ਸਾਡਾ ਨਿਕੰਮਾ ਜੀ। ਅਤੇ ਲੇਬਰ ਡੇ ਦੀ ਅੱਜ ਛੁੱਟੀ ਹੈਗੀ ਹੈ, ਤੁਸੀਂ ਫਿਰ ਦੁਕਾਨ ਖੋਲ੍ਹੀ। ਅਸਲ 'ਚ ਨਾ ਮਸਲਾ ਹੈਗਾ ਜੀ, ਛੁੱਟੀ ਲੇਬਰ ਡੇ ਦੀ ਹੈ ਨਾ, ਜਿਹੜਾ ਵਾਕਿੰਗ ਕਸਟਮਰ ਜਾਂ ਕਲਾਇੰਟ ਹੈ ਘਰ ਦਾ ਮਾਲਿਕ ਓਨਰ ਹੈਗੇ ਨੇ, ਉਹ ਆਉਣਗੇ, ਉਹਨਾਂ ਨੂੰ ਪਤਾ ਲੱਗੇਗਾ ਕੀ ਪਿਆ ਹੈਗਾ, ਅਤੇ ਉਹਨਾਂ ਨੂੰ ਪਤਾ ਲੱਗੇਗਾ ਦੁਕਾਨ ਅੱਛੀ ਹੈ, ਬੰਦੇ ਦਾ ਇਖਲਾਕ ਅੱਛਾ ਹੈਗਾ, ਉਹ ਆਪਣੇ ਲੇਬਰ ਨੂੰ ਵੀ ਫਿਰ ਇੱਥੇ ਭੇਜਣਗੇ। ਸਮਾਨ ਹੀ ਕੀ ਪਿਆ ਜੀ, ਹੋਣਾ ਤੇ ਬਾਹਰ ਸਾਰੇ ਸਮਾਨ ਦੀ ਫਲੈਕਸ ਲਾ ਦਿੰਦੇ, ਬਾਹਰੋਂ ਵੇਖ ਕੇ ਚਲੇ ਜਾਇਆ ਕਰਨਗੇ। ਛੁੱਟੀ ਤਾਂ ਕਰੋ ਜੀ, ਅੱਜ ਮਜ਼ਦੂਰ ਡੇ ਹੈਗਾ ਜੀ, ਤੁਸੀਂ ਅੱਗੋਂ ਡੇ ਮਜ਼ਦੂਰ ਹੈਗਾ ਜੀ, ਮਜ਼ਦੂਰ ਵਿਚਾਰੇ ਅੱਜ ਵੀ ਕੰਮ ਕਰਨ ਡੇ ਨੇ ਤੇ ਬਾਕੀ ਆਵਾਮ ਛੁੱਟੀ ਦੇਵੇ। ਇਹ ਦੁਕਾਨ ਲੱਗ ਰਹੀ ਹੈ, ਮਸ਼ੀਨ ਦਾ ਪੈਪ ਚਾਹੀਦਾ ਕਿ ਬਈ ਵਾਇਰਿੰਗ ਵਾਲਾ ਪੈਪ ਚਾਹੀਦਾ ਜੀ? ਨਹੀਂ ਨਹੀਂ, ਇਹ ਮਕਾਨ ਬਣ ਰਿਹਾ, ਠੀਕ ਹੈ, ਸਾਨੂੰ ਦਿਹਾੜੀ ਲਵਾਉਣੀ ਹੈ ਉੱਥੇ, ਮਕਾਨ ਬਣ ਰਿਹਾ ਤੇ ਤੁਸੀਂ ਬਣਾ ਰਹੇ ਹੋ, ਪੈਪ ਕਿਹੜਾ ਲੈਣਾ ਉਹ ਦੱਸ। ਮਾਲਕ ਤੁਸੀਂ ਹੋ? ਬੰਦਾ ਕਿਹੋ ਜਿਹਾ ਰੱਖਿਆ ਤੁਸੀਂ? ਪੁੱਠੇ ਅੱਗੋਂ ਜਵਾਬ ਦੇ ਰਹੇ? ਪੁੱਠੇ ਕਾਹਦੇ ਜਵਾਬ ਦੇ ਰਹੇ, ਅੱਜ ਛੁੱਟੀ ਲੇਬਰ ਡੇ ਦੀ ਹੈਗੀ ਤੇ ਕੰਮ ਤੇ ਖਲੋਤੇ ਆ। ਜ਼ਾਹਰੀ ਗੱਲ ਹੈ ਨਵਾਂ ਮਕਾਨ ਬਣ ਰਿਹਾ ਤੇ ਅੰਡਰਗਰਾਊਂਡ ਵਾਇਰਿੰਗ ਵੀ ਕਰਾਣੀ। ਅੰਡਰਗਰਾਊਂਡ ਦਾ ਸਮਾਨ ਚਾਹੀਦਾ? ਹਾਂਜੀ, ਉਹ ਨਾਰਕਲ ਜੋ ਮਿਲਦਾ ਕਿਸੇ ਰੇਹੜੀ ਤੋਂ ਲੈ ਲਓ। ਕਹੋ ਜੀ, ਇਹ ਅੰਡਰਗਾਰਮੈਂਟਸ ਹੁੰਦਾ ਭਾਈ, ਤੈਨੂੰ ਕੀ ਹੋ ਗਿਆ? ਅੰਡਰਗਰਾਊਂਡ ਦਾ ਇਹ ਅਨਪੜ੍ਹ ਜਿਹਾ ਬੰਦਾ ਕਿੱਥੋਂ ਰੱਖ ਲਿਆ? ਅੰਡਰਗਰਾਊਂਡ ਵਾਲਾ ਹੁਣ ਤੁਸੀਂ ਵੀ ਸਿੱਧਾ ਕਹੋ ਕਿ ਵਾਇਰਿੰਗ ਦੇ ਪੈਪ ਪਾਉਣੇ ਨੇ ਜੀ। ਉਹੀ ਵਾਇਰਿੰਗ ਦੇ ਪੈਪ, ਬਿਜਲੀ ਦੇ ਪੈਪ ਜਿਹੜੇ ਉਹ ਵੀ ਚਾਹੀਦੇ ਨੇ, ਠੀਕ ਹੈ। ਪਲਾਸਟਿਕ ਪਾਣੀ ਦਾ ਪੈਪ ਹੈਗਾ ਆਪਣੇ ਕੋਲ? ਪਾਣੀ ਦਾ ਹੈਗਾ ਜੀ, ਤੁਸੀਂ ਕੀ ਬੀਨ ਬਣਾਉਣੀ ਜੀ ਉਹਦੀ? ਪਾਣੀ ਦਾ ਪੈਪ ਕਿੰਨੇ ਪੈਪ ਚਾਹੀਦੇ ਨੇ ਦੱਸੋ, ਹੁਣੇ ਵਹਾ ਦੇਣੇ। ਫੁੱਟਾਂ ਦੇ ਹਿਸਾਬ ਨਾਲ ਚਾਹੀਦਾ ਉਹ ਰਿਹਾ, ਤੇਰੇ ਵਰਗਾ ਇੰਨਾ ਕੁ ਟੋਟਾ ਲਿਆ ਕੇ ਕਹਿੰਦਾ ਹੁੰਦਾ ਇਹੀ ਹੈ ਦੁਕਾਨ 'ਚ ਪਿਆ, ਕਰਾਓ ਪਹਿਲਾਂ ਤੁਸੀਂ ਪਸੰਦ ਕਰ ਲਓ, ਇੰਨਾ ਕੁ ਟੋਟਾ ਅਸੀਂ ਕੀ ਫੂਕਣੀਆਂ ਵੇਚਣ ਡਿਆ ਇੱਥੇ? ਤੇ ਕੀ ਰੇਟ ਹੈਗਾ ਇਹ ਪੈਪ ਦਾ? ਹੈਗਾ 250 ਰੁਪਏ ਫੁੱਟ। 250 ਰੁਪਏ ਫੁੱਟ, ਤੇ ਪੂਰੀ ਲੈਂਥ ਜਿਹੜੀ ਉਹ ਕਿੰਨੇ ਦੀ ਹੈ? 1800 ਰੁਪਏ ਦੀ। 12 ਤੁਸੀਂ ਲੈਂਥਾਂ ਲਿਖੋ ਪੈਪ ਦੀਆਂ, ਪਾਣੀ ਦੀਆਂ। ਉਸ ਤੋਂ ਬਾਅਦ ਦੇ ਵਿੱਚ ਤੁਸੀਂ 24 ਲਿਖ ਲਓ, ਐਲਬੋ ਲਿਖ ਲਓ ਪਾਣੀ ਦੇ। 24 ਐਲਬੋ ਹੋ ਗਏ। 12 ਤੁਸੀਂ ਯੂਨੀਅਨ ਲਿਖੋ ਪਾਣੀ ਦੇ। 12 ਯੂਨੀਅਨ ਆ ਗਏ। ਅੱਛਾ ਜੀ, ਆਪਣਾ ਸਲੋਸ਼ਨ ਵਾਲੀਆਂ 4 ਡੱਬੀਆਂ ਲਿਖੋ। 4 ਡੱਬੀਆਂ ਕਿਹੜਾ, ਕਿਹੜੀ ਕੰਪਨੀ ਦੀ? ਸਲੋਸ਼ਨ ਜਿਹੜਾ ਲੱਗਦਾ ਹੈ ਵਿੱਚ, ਉਹਦੇ ਧਾਗਾ ਲਾ ਕੇ ਨਹੀਂ ਲਾਉਂਦੇ? ਕੰਪਨੀਆਂ ਆਈਆਂ ਨੇ, ਕਿਹੜੀ ਲੈਣੀ ਹੈ? ਜਿਹੜਾ ਅੱਛੇ ਵਾਲਾ ਉਹ ਦੇ ਦਿਓ। ਇਹ ਸਲੋਸ਼ਨ ਕੀ ਭੈਣ ਪੈਪਾਂ ਨੂੰ ਹੀ ਲਾਉਣਾ ਜੇ ਕਿ ਸੁੰਘ ਕੇ ਨਸ਼ਾ ਕਰਦੇ ਹੋ ਯਾਰ? ਤੈਨੂੰ ਮੈਂ ਨਸ਼ਈ ਲੱਗ ਰਿਹਾ ਯਾਰ, ਤੂੰ ਕੀ ਬੰਦਾ ਹੈਗਾ ਭਾਈ? ਸ਼ਕਲੋਂ ਤਾਂ ਮੈਨੂੰ ਸ਼ਹਿਜ਼ਾਦਾ ਚਾਰਲਸ ਹੀ ਲੱਗ ਰਿਹਾ ਤੂੰ। ਅੱਛਾ, ਉਹ ਆਪਣਾ ਹੁੱਕਾਂ ਵੀ ਲਿਖੋ। ਹੁੱਕਾਂ ਕਿਹੜੀਆਂ? 20 ਲਿਖ ਲਓ ਹੁੱਕਾਂ। ਹੁੱਕਾਂ ਕਿਹੜੀਆਂ? ਇੱਕ ਹੁੱਕ ਹੁੰਦੀ ਹੈ ਜਿਹਦੇ ਵਿੱਚ ਨੱਟ ਲੱਗਾ ਹੁੰਦਾ, ਉਹ ਦੀ ਜਿਹੜੀ ਸਿੱਧੀ ਲੱਗਦੀ ਐਂ ਠੋਕ ਕੇ। ਸਾਡੇ ਕੋਲ ਉਹ ਨਹੀਂ ਹੈਗਾ, ਸਾਡੇ ਕੋਲ ਉਹ ਹੁੱਕ ਹੈਗੀ ਹੈ, ਉਹ ਜਿਹੜਾ ਗਾਣਾ ਨਹੀਂ ਹੈਗਾ, ਹਾਏ ਹੁੱਕ ਹਾਏ ਹੁੱਕ ਹਾਏ ਹਾਏ, ਉਹ ਹੁੱਕਾਂ ਹੈਗੀਆਂ, ਉਹ ਲੈ ਲਓ।
ਮੈਨੂੰ ਕੋ ਖਾਨ ਸਾਹਿਬ ਹੀ ਲੱਗ ਰਿਹਾ ਹੈ। ਯਾਰ ਤਿੰਨ ਚਾਰ ਕਿਸਮ ਦੀ ਹੁੱਕਾ ਹੈਗੀਆਂ, ਤੁਸੀਂ ਦੱਸੋ ਲੋਹੇ ਦੀ ਚਾਹੀਦੀ ਹੈ, ਸਟੀਲ ਦੀ ਚਾਹੀਦੀ ਹੈ? ਲੋਹੇ ਦੀ ਚਾਹੀਦੀ ਹੈ। ਚਲੋ ਜੀ, ਕਿੰਨੀਆਂ ਲਿਖਣੀਆਂ ਨੇ? ਇਹ 50 ਲਿਖ ਲਓ ਤੁਸੀਂ। 50 ਹੁੱਕਾ ਖਾਂਡ ਨਾਲ ਚੱਬ ਲਈ ਤੇ ਆਪਣਾ 16 ਟੀਆਂ ਲਿਖ ਲਓ ਪਾਣੀ ਦੀਆਂ। 16 ਟੀ ਆ ਗਈ, ਪਾਣੀ ਦੀ ਆ ਗਈ। ਤੇ ਆਪਣਾ 4 ਬੇਸਨ ਚਾਹੀਦੇ ਨੇ। ਬੇਸਨ ਨਹੀਂ ਆ ਗਿਆ, ਪਕੌੜੇ ਕੱਢਣੇ, ਤੂੰ 4 ਬੇਸਨ ਚਾਹੀਦੇ। ਯਾਰ ਉਹ ਬੇਸਨ ਹੁੰਦਾ ਭਾਈ, ਇਹ ਬੇਸਨ ਹੈ ਬੇਸਨ। ਅੱਛਾ, ਮੂੰਹ ਧੋਣ ਵਾਲੇ? ਹਾਂਜੀ, ਮੂੰਹ ਧੋਣ ਵਾਲੇ ਲਿਖੋ ਜੀ 4 ਜੀ। ਨਹੀਂ ਬੇਸਨ ਹੈ ਨਹੀਂ ਹੈ। ਬੇਸਨ ਨਹੀਂ? ਚਲੋ ਇਸ ਤਰ੍ਹਾਂ ਕਰੋ, ਬੇਸਨ ਵਾਲੇ 4 ਨਾਮ ਦੇ ਦਿਓ। ਸਮੋਸਿਆਂ ਦੀ ਦੁਕਾਨ ਨਜ਼ਰ ਆਉਂਦੀ? ਨਹੀਂ ਨਹੀਂ, ਮੈਂ ਗੱਲ ਕੀਤੀ ਹੈ, ਤੁਹਾਡਾ ਬੰਦਾ ਵੀ ਤਾਂ ਬੰਦਾ, ਤੁਹਾਡਾ ਬੰਦਾ 4 ਬੇਸਨ ਤੁਸੀਂ ਕੀ ਕਰਨੇ? ਤੁਹਾਡੀ ਸ਼ਕਲ ਤੋਂ ਲੱਗਦਾ ਚਲੋ ਮੈਂ ਤੁਹਾਨੂੰ ਨਹੀਂ ਕਰਦਾ ਮਜ਼ਾਕ। 4 ਬੇਸਨ ਕੀ ਕਰਨੇ ਜੀ? ਤੁਹਾਡੀ ਸ਼ਕਲ ਤੋਂ ਲੱਗਦਾ ਤੁਹਾਡਾ ਟੋਟਲ ਘਰ ਮਰਲੇ ਚ ਹੈਗਾ ਜੀ। ਬਣਾਓ ਜੀ ਰੇਟ, ਇਹੋ ਜਿਹਾ ਐਂਡ ਦੇ ਉੱਤੇ ਕਹਿੰਦਾ ਹੁੰਦਾ ਸਮਾਨ ਰਹਿਣ ਦਿਓ। ਇਹ ਟੋਟਲ ਕਰਕੇ ਦੱਸਣਾ ਜੀ, ਟੋਟਲ ਕਰ ਮੈਂ ਲਿਖ ਦਿੱਤੇ ਰੇਟ। ਚੰਨ ਕੇ ਮਸਜਿਦ ਦੋਵਾਂ ਪਾਸਿਓ ਪਲੇਨ। ਯਾ ਯਾਰ ਕੰਮ ਕਰ, ਇਹ ਬਣਾ ਕੇ ਦੇ ਮੈਨੂੰ। ਤੇ ਵੈਸ਼ ਵਾਸ਼ਲ ਹੈਗੀ ਇਹ, ਤੂੰ ਐ ਵੇਖ ਲਈ ਬੱਚਾ ਹੈਗਾ ਤੂੰ। ਅੱਛਾ, ਇਹ ਵਾਸ਼ਲ ਹੈਗੀ ਹੈ? ਇਹ ਵਾਸ਼ਲ ਹੈ? ਹਾਂਜੀ, ਇਹ ਵਾਸ਼ਲ ਹੈ। ਠੀਕ ਹੈ, ਇਹ ਵਾਸ਼ਲ ਹੈਗੀ ਜੀ। ਇਹ ਜਿਹੜੀ ਵਾਸ਼ਲ ਹੈ, ਸਮਾਨ ਲੈਣਾ ਕਿ ਵਾਸ਼ਲੇ ਜੀ? ਇਹਦੇ ਨੂੰ ਧੱਕੇ ਦੇ ਕੇ ਕੱਢਾਂ? ਨਹੀਂ ਨਹੀਂ, ਲੈਣਾ ਸਮਾਨ ਹੈ। ਕਰੋ ਸਮਾਨ ਲੈ, ਤੂੰ ਸਮਾਨ ਪੈਪ ਲਖਾਉਣ ਡਿਆ ਤੇ ਛੇੜਨ ਵਾਲ ਛਿਪਾ ਚਲਾਉਣ ਡਿਆ। ਇਹ ਤਾਂ ਸਹੀ ਗੈਸ ਦਾ ਪੈਪ ਵੀ ਹੈਗਾ ਨਾ ਆਪਣੇ ਕੋ? ਆਹ ਹੈਗਾ, ਉਹ ਵੀ ਲਿਖ ਲਓ। ਕਿੰਨਾ? ਉਹ 100 ਫੁੱਟ ਲਿਖੋ। 100 ਫੁੱਟ ਪੈਪ ਮੁਗਲਪੁਰੇ ਤੁਸੀਂ ਬਹਿਰੀਆ ਟਾਊਨ ਚ ਸਮਾਨ ਲੈਣ ਆ ਗਏ, ਕਿਤੋਂ ਪਰੇ ਉਹ ਲੈ ਲੈਂਦੇ ਜੀ? ਇੱਥੇ ਸਸਤਾ ਮਿਲਦਾ ਨਾ ਬਹਿਰੀਆ ਟਾਊਨ। ਤੁਹਾਡੀ ਦੁਕਾਨ ਦਾ ਨਾਂ ਸੁਣ ਕੇ ਆਇਆ ਮੈਂ, ਕੀ ਨਾਮ ਭਲਾ ਦੁਕਾਨ ਦਾ? ਇਹ ਤਾਂ ਮੈਨੂੰ ਆਪ ਨੀ ਪਤਾ, 8 ਮਹੀਨੇ ਤੋਂ ਕੰਮ ਕਰਨ ਡਿਆ। ਭਾਜੀ ਕੀ ਨਾਮ ਦੁਕਾਨ ਦਾ ਜੀ? ਇਹ ਜ਼ਮਜ਼ਮ ਇਲੈਕਟ੍ਰੋਨਿਕ ਜਿਹੜੇ ਨੇ, ਮੈਂ ਇਹਨਾਂ ਦਾ ਬੜੀ ਦੂਰੋਂ ਸੁਣ ਕੇ ਆਇਆ। ਠੀਕ ਹੈ, ਹਾਂਜੀ, ਇਹਦਾ ਟੋਟਲ ਬਣਾ ਕੇ ਮੈਨੂੰ ਦੱਸਣਾ। ਉਸਤਾਦ ਜੀ 1,50,000 ਰੁਪਇਆ ਬਣਾਇਆ ਜੀ। ਇਹ ਕੀ 1,50,000 ਨਾਨਕੀ ਛੱਕ ਕੇ ਇੰਨਾ ਬੜਾ ਲਿਖ ਦਿੱਤਾ ਤੁਸੀਂ? ਇਹਨਾਂ ਦੇ ਬਿੱਲ ਬਣਦਾ ਹੀ ਨਹੀਂ, ਤੁਸੀਂ ਆਪਣੇ ਆਪ ਨੂੰ ਫੁੱਦੂ ਤੇ ਅਗਲੇ ਨੂੰ ਹੁਸ਼ਿਆਰ ਨਹੀਂ ਸਮਝੀਦਾ। ਸਮਾਨ ਹੀ ਲੈਣਾ ਹੈ ਭਰਾ ਤੂੰ? ਯਾਰ ਤੈਨੂੰ ਮੈਂ ਕਿਹਾ ਕਿ ਤੂੰ ਸਾਡੀ ਦੁਕਾਨ ਤੇ ਹੀ ਆ। ਨਹੀਂ ਤੇ ਗਾਹਕ ਨਾਲ ਇੰਜ ਬੋਲੀਦਾ? ਗਾਹਕ ਨਾਲ ਕੀ ਇੰਜ? ਤੂੰ ਆਉਂਦੇ ਹੀ ਚੁਗਤਾ ਕਰਨ ਲੱਗ ਪਿਆ, ਕਦੀ ਵਾਸ਼ਲਾ ਕਹਿਣ ਡਿਆ ਤੇ ਕਦੀ ਕੀ ਕਹਿਣ ਡਿਆ। ਜਾ ਪਰਾਂ ਨੂੰ ਸਮਾਨ ਤੇਰਾ ਕੱਢ ਦਿੰਦੇ ਆ, ਕਿੱਥੇ ਪਿਆ ਈ ਸਮਾਨ? ਕਢਵਾਓ ਜੀ ਸਾਰਾ ਸਮਾਨ। ਚਲੋ 25,000 ਰੁਪਇਆ ਲਿਖੋ।
ਇਹ ਕਿਸ ਦਿਨ ਦੇਣਾ ਤੁਸੀਂ ਮੈਨੂੰ 25,000? ਜਿਸ ਦਿਨ ਕਮੇਟੀ ਮੁੱਕੇਗੀ 25,000 ਤੈਨੂੰ ਦੇਣਾ, ਤੂੰ ਸਾਨੂੰ ਐਡਵਾਂਸ ਦੇਣਾ ਅੱਗੋਂ ਹੁਚਕਾ ਕਰਨ ਡਿਆ ਤੂੰ। ਇਹ ਲਾਈਟਿੰਗ ਵਗੈਰਾ ਵੀ ਬਲਬ ਬੁਲਬ ਛੱਤ ਚ ਲੱਗਣ ਵਾਲੀਆਂ ਲਾਈਟਾਂ ਹੈਗੀਆਂ ਨੇ, ਇਹਨਾਂ ਨੂੰ ਫਿਰ ਇੰਜ ਲਾਓ ਤੁਸੀਂ ਸਿੱਧੀਆਂ ਰੱਖੀਆਂ ਨੇ, ਛੱਤ ਤੇ ਲਾਓ ਨਾ ਫਿਰ। ਆਈ ਸਾਹਿਬ ਤੁਸੀਂ ਬਹਿ ਕੇ ਨਾ ਇੱਥੇ ਯਾਸੀਨ ਦਾ ਵਿਰਧ ਕਰੋ, ਤੁਸੀਂ ਬਹਿਵੋ, ਤੁਸੀਂ ਪੜ੍ਹੋ ਇੱਥੇ, ਛੱਡੋ ਤੁਸੀਂ ਇਹਨੂੰ ਇਹੋ ਜਿਹੀਆਂ ਜੂਠਾਂ ਵਾਸਤੇ ਮੈਨੂੰ ਛੱਡਿਆ ਕਰੋ। ਓਏ ਹੈਲੋ, ਉਹ ਭਾਈ ਤੈਨੂੰ ਮੈਂ ਜੂਠ ਨਜ਼ਰ ਆ ਰਿਹਾ? ਓਏ ਉਹ ਜੂਠ ਹੈਗੀ ਆ, ਵਿੱਚ ਪੇੜਾ ਮਾਰੇਗਾ ਫਿਰ ਚੰਗਾ ਰਹੇਗਾ, ਲੱਗ ਵੀ ਰਿਹਾ। ਅੱਛਾ ਘਬਰਾਓ ਨਾ ਆਈ ਸਾਹਿਬ, ਇਹਨੂੰ ਪੁੱਛ ਲੈਂਦੇ ਇਹ ਭਾਏ ਨੇ ਛੱਤ ਦੇ ਅੰਦਰ ਲਾਈ ਦੀ ਆ। ਇਹ ਕਿੰਨੇ ਦਾ ਦੇ ਰਹੇ ਹੋ? ਠੀਕ ਹੈ। ਓਏ ਫਰਸ਼ ਦੇ ਕ੍ਰਿਕਟ ਦਾ ਕੇਸ ਚੱਕਰ ਦੇ ਵਿੱਚ ਹੈ, ਵੇਖੋ ਵੈਪਰ ਤੂੰ ਕੀ ਕਰਨਾ। ਇਹ ਲਾਈਟ ਕਿੰਨੇ ਦੀ ਹੈ ਜੀ? ਇਹ 1960 ਰੁਪਏ ਦੀ ਹੈ ਜੀ, ਇਹ 36 ਵਾਟ ਦੀ ਲਾਈਟ ਹੈਗੀ ਹੈ ਜੀ, 9 ਇੰਚ ਦੀ। 1960 ਦੀ ਕੀ ਇੰਜ ਕਰੀਏ ਬਲ ਪੈਂਦੀ? ਸਰ ਸੜਦੀ ਨਹੀਂ ਹੈਗੀ ਜੀ। ਅੱਛਾ ਤੇ ਪਾਇਦਾਰ ਹੈਗੀ ਹੈ ਜੀ। ਇਹ ਜਿਹੜਾ ਸ਼ੂ ਹੈ ਕਰੰਟ ਲਾ ਕੇ ਛੱਡੇ ਇਹਨੇ? ਕਰੰਟ ਨਹੀਂ ਹੈਗਾ ਜੀ, ਇਹਨੂੰ ਮੂੰਹ ਚੁੰਗਲ ਮਾਰੋ ਤੇ ਦੰਦੀ ਵੱਢ ਲੈਂਦਾ ਜੀ। ਅੱਛਾ ਅੱਛਾ, ਇਹ ਕਿੰਨੇ ਦਾ ਹੈ ਸ਼ੂ ਜਿਹੜਾ? ਇਹ ਹੋਲਡਰ 650 ਰੁਪਏ ਦਾ ਹੈਗਾ ਜੀ। ਅੱਛਾ, 650 ਰੁਪਏ ਦਾ ਹੋਲਡਰ ਹੈ। ਹਾਂਜੀ। ਅੱਛਾ ਤੇ ਇਹ ਲਾਈਟ ਕਿੰਨੇ ਦੀ ਹੈ? ਇਹ ਲਾਈਟ ਹੈਗੀ 100 ਰੁਪਏ ਦੀ ਜੀ। 4 ਲਾਈਟਾਂ ਲਾ ਦਿਓ ਇਹ ਵੀ। ਅੱਛਾ ਜੀ, ਇੱਥੋਂ ਲਾ ਦੇ ਆ ਕਿ ਨਵੀਆਂ ਦੇ ਦੇ? ਨਹੀਂ ਨਹੀਂ ਉੱਥੋਂ ਦਿਓ, ਇੱਥੇ ਤੇ ਪਤਾ ਨਹੀਂ ਕਿਹੜੀਆਂ ਸਦੀਆਂ ਦੀ ਲਾਈ ਹੈ। 8 ਇੰਚੀ ਦੀਆਂ 4 ਲਾਈਟਾਂ ਜੀ, ਛੋਟੀਆਂ ਲਿਖ ਲੈਣਾ ਜੀ। ਅੱਛਾ ਤੇ ਇਹ ਲਾਈਟ ਮੋਟਰਸਾਈਕਲ ਤੇ ਅੱਗੇ ਲੱਗ ਜੇ? ਇਹਨੂੰ ਭਾਵੇਂ ਆਪਣੇ ਮੱਥੇ ਤੇ ਲੱਗ ਕੇ ਰੂੜੀ ਫੋਲਣ ਵਾਲਾ ਬਣ ਜਾਓ ਜੀ। ਲਾਈਟ ਹੈਗੀ, ਇਹਨੂੰ ਜਿੱਥੇ ਮਰਜ਼ੀ ਲਾ ਲਓ ਜੀ, ਟੋਪੀ ਨਾਲ ਲੱਗ ਜਾਂਦੀ ਜੀ। ਠੀਕ ਹੈ। ਹਾਂਜੀ, ਇਹ ਲਾਈਟ ਦਾ ਕੀ ਨਾਮ ਹੈ? ਸਰ ਇਹ ਜਿਹੜੀ ਲਾਈਟ ਹੈਗੀ ਇਹ ਵਾਈਟ ਚ ਹੈਗੀ ਹੈ ਜੀ, 10 ਵਾਟ ਦੀ ਲਾਈਟ ਹੈਗੀ ਹੈ, 460 ਰੁਪਏ ਦੀ ਲਾਈਟ ਹੈ ਜੀ। ਸ਼ਾਦੀ ਸ਼ੁਦਾ ਹੈ ਕਿ ਕੁਆਰੀ ਹੈ? ਸਰ ਕੋਈ ਪਤਾ ਨਹੀਂ, ਤੁਸੀਂ ਰਿਸ਼ਤਾ ਦੇ ਕੇ ਵੇਖ ਲਓ ਇਹਨੂੰ, ਜੇ ਉਹ ਮੰਨ ਗਈ ਤੇ। ਇਹ ਬਟਨ ਬੁਟਨ ਤੁਸੀਂ ਨਾਲ ਹੀ ਲਾਏ ਨੇ ਇੱਥੇ ਥੱਲੇ? ਨਹੀਂ ਸਰ, ਇਹ ਸੈਂਪਲ ਹੈਗੇ ਨੇ ਬਟਨਾਂ ਦੇ। ਅੱਛਾ। ਸਰ ਇਹ ਚਾਈਨਾ ਫਿਟਿੰਗ ਹੈਗੀ ਹੈ ਜੀ, ਇਹ ਪੂਰਾ ਬੋਰਡ ਹੀ ਹੁੰਦਾ ਬਣਿਆ ਹੋਇਆ ਜੀ, ਤੇ ਇਹਦੇ ਚ 10 ਬਟਨ ਹੁੰਦੇ ਨੇ ਜੀ ਸ਼ੋਅ। ਚਲੋ ਠੀਕ ਹੈ, ਇੱਧਰ ਆਓ, ਮੈਂ ਤੁਹਾਨੂੰ ਸਮਾਨ ਦਾ ਦਿਖਾਵਾਂਗਾ ਜ਼ਰਾ। ਅੱਛਾ ਭਾਜੀ ਇੱਕ ਮਿੰਟ ਆਇਆ ਤੇ ਇੱਥੇ ਰਖਾ ਦਿਓ, ਰੱਖ ਦਿਓ ਇੱਥੇ, ਇੱਥੇ ਬਾਹਰ ਹੀ, ਬਾਹਰ ਹੀ ਇੱਥੇ ਖਲੋ ਕੇ ਲਿਖਾਓ ਸਮਾਨ, ਇੱਥੇ ਖਲੋ। ਐਸਾ ਬਦਤਮੀਜ ਬੰਦਾ ਹਾਜ ਸਾਹਿਬ ਤੁਸੀਂ ਰੱਖੋ। ਬਦਤਮੀਜ਼ੀ ਕੀ ਕੀਤੀ ਤੇਰੇ ਨਾਲ? ਤੂੰ ਬਦਤਮੀਜ਼ੀ ਕਰਨ ਡਿਆ, ਵੈਪਰ ਫੜ ਕੇ ਅੰਦਰ ਨੂੰ ਤੁਰ ਪਿਆ, ਅੰਦਰ ਪਾਣੀ ਰੁੜਿਆ। ਤੇ ਵੈਪਰ ਲੈਣਾ ਹੈ, ਮੈਂ ਤਾਂ ਚੁੱਕਿਆ ਸੀ। ਤੇ ਵੈਪਰ ਇੱਥੇ ਲਿਖਾ, ਜਿਹੜੀ ਚੀਜ਼ ਲੈਣੀ ਹੈ ਹੁਣ ਕੱਢ ਦੇਣਾ, ਛੋਟਾ ਹੀ ਲੈਣਾ ਹੈ। ਆਹੋ ਹੈਂ, ਰਹਿਣ ਦਿਓ। ਹਲ ਹਾਂ, ਚੱਲ ਰਹਿਣ ਦੇ, ਨਹੀਂ ਚਾਹੀਦਾ, ਵੱਡਾ ਚਾਹੀਦਾ, ਵੱਡਾ ਲਿਆ। ਵੱਡਾ ਦੇ ਦਿੰਦੇ ਆ ਤੁਸੀਂ, ਅਸੀਂ ਤਾਂ ਬੈਠੇ ਹੀ ਆ। ਨਹੀਂ ਨਹੀਂ, ਸਟੀਲ ਵਾਲਾ ਨਹੀਂ ਨਾ ਚਾਹੀਦਾ, ਦੂਸਰਾ ਚਾਹੀਦਾ। ਤੈਨੂੰ ਕੁਝ ਚਾਹੀਦਾ ਵੀ ਹੈ ਕਿ ਟਾਈਮ ਹੀ ਦਾਇਆ ਕਰਨਾ ਹੈ? ਟਾਈਮ ਤੁਹਾਡੇ ਕੋਲ ਮੋਟਰਸਾਈਕਲ ਖਲੋਤੀ? ਆਹੋ ਜੀ ਖਲੋਤੀ। ਮੈਨੂੰ ਚੌਂਕ ਤੇ ਲਾ ਕੇ ਆਓ ਸਰ, ਸਮਾਨ ਲੈ ਲਓ ਨਾ ਜੀ ਸਾਰਾ ਇਕੱਠਾ। ਕਢਵਾਓ ਜੀ ਸਾਰਾ ਸਮਾਨ, ਕਢਵਾਓ, ਲਾ ਦਿੰਦੇ ਆ। ਇਹ ਜੀ ਪਲਾਸਟਿਕ ਦਾ ਹੈਗਾ, ਇਹ ਲੈਣਾ ਜੀ? ਹਾਂਜੀ, ਇਹ ਚਾਹੀਦਾ ਕਿਉਂਕਿ ਮੇਰੀ ਬੁੱਢੀ ਮੈਨੂੰ ਮਾਰਦੀ ਹੈ, ਉਹਦੇ ਨਾਲ ਤੇ ਲਾਸਾਂ ਪੈ ਜਾਣੀਆਂ ਨੇ। ਇਹ ਠੀਕ ਹੈ, ਤੂੰ ਮਾਰ ਹੀ ਖੈਣੀ ਹੈ, ਸਾਡੇ ਕੋਲ ਲੋਹੇ ਦਾ ਲੈ ਕੇ ਜਾਣਾ, ਇੱਕੋ ਹੀ ਖਾ ਬਸ ਅੱਗੋਂ ਪੁਰਨਮ। ਇਹ ਕਿੰਨੇ ਦਾ ਹੈਗਾ? ਇਹ 150 ਰੁਪਏ ਦਾ ਜੀ। ਅੰਦਰ ਦੀ ਸਫਾਈ ਕਰਦਾ, ਇੰਨਾ ਮਹਿੰਗਾ ਦੇ ਰਿਹਾ? ਇਹਦੇ ਤੇ ਪੇਸਟ ਲਾ ਕੇ ਦੰਦਾਂ ਨੂੰ ਫੇਰ ਕੇ ਵੇਖ ਲਓ, ਅੰਦਰ ਦੀ ਸਫਾਈ ਕਰਦਾ ਯਾਰ, ਤੂੰ ਲੈਣਾ ਵੀ ਇਹ ਕੁਛ ਕਿ ਨਹੀਂ? ਮੈਂ ਤੈਨੂੰ ਦੱਸਾਂ, ਤੂੰ ਬਦਤਮੀਜ਼ੀ ਕਰੀ ਜਾ ਰਿਹਾ, ਬੰਦਾ ਇਹਦਾ ਪੁੱਤਰ ਬਣ, ਮੈਂ ਤੈਨੂੰ ਦੱਸਾਂ, ਖਾਨਾ ਖਰਾਬਾ। ਬਦਤਮੀਜ਼ੀ ਤਾਂ ਤੂੰ ਕਰਨ ਡਿਆ, ਦੁਕਾਨਦਾਰ ਹੋਏਗਾ ਤੇ ਆਪਣੇ। ਉਹ ਹਾਈ ਸਾਹਿਬ ਤੁਸੀਂ ਨਾ ਵਿੱਚ ਬੋਲੋ, ਤੁਸੀਂ ਸ਼ਰੀਫ ਬੰਦੇ ਹੋ। ਸ਼ਰੀਫ ਬੰਦਾ ਤੇ ਮੇਰੀ ਥਾਣੇ ਫੋਟੋ ਲੱਗੀ ਆ, ਇੱਥੇ ਖਲੋ, ਮੈਂ ਲੈ ਕੇ ਆਉਣਾ ਬੰਦੇ ਹੋਣੇ, ਲੈ ਕੇ ਆਉਣਾ, ਜਾ ਲੈ ਕੇ ਆ, ਜਿਹਨੂੰ ਲਿਆਉਣਾ ਜਾ ਲੈ ਕੇ ਆ, ਲੈ ਕੇ ਆ, ਤੂੰ ਵੀ ਪਰਾਂ ਨੂੰ ਆਈ ਆ, ਵੇਚਣਾ ਆਈ, ਮੈਂ ਤੁਹਾਨੂੰ ਦੱਸਾਂ, ਜਾ ਲੈ ਕੇ ਆ ਬੰਦਾ।
ਲੈ ਕੇ ਆ, ਤੂੰ ਸਾਲਿਆ ਮਜ਼ਾਕ ਹੀ ਬਣਾਇਆ, ਚੱਲ ਜਾ ਲੈ ਕੇ ਆ, ਲੈ ਕੇ ਆ ਜਿਹਨੂੰ ਲਿਆਉਣਾ ਹੀ।